ਕੀ ਤੁਸੀਂ ਜਾਣਦੇ ਹੋ ਕਰੰਟ ਲੱਗਣ ਦੇ ਨਾਲ ਇਨਸਾਨ ਦੀ ਮੌਤ ਕਿਵੇਂ ਹੁੰਦੀ ਹੈ ਅਸੀਂ ਦਿਨ ਦੇ ਵਿੱਚ ਕਿੰਨੀ ਵਾਰ ਆਪਣੀਆਂ ਅੱਖਾਂ ਦੀਆਂ ਪਲਕਾਂ ਨੂੰ ਝਮਕਦੇ ਹਾਂ ਸਾਡੇ ਦਿਲ ਦੀ ਊਰਜਾ ਜਾਂ ਕਹੀਏ ਦਿਲ ਦੀ ਪਾਵਰ ਦੇ ਨਾਲ ਇੱਕ ਟਰੱਕ ਨੂੰ ਕਿੰਨੇ ਕਿਲੋਮੀਟਰ ਤੱਕ ਲਿਜਾਇਆ ਜਾ ਸਕਦਾ ਹੈ ਇਨਸਾਨ ਦੀ ਅੱਖ ਕਿੰਨੇ ਰੰਗਾਂ ਨੂੰ ਪਹਿਚਾਣ ਸਕਦੀ ਹੈ ਅਜਿਹੀ ਇਨਸਾਨੀ ਸਰੀਰ ਬਾਰੇ ਰੌਚਕ ਤੱਥ ਜਾਣਨ ਲਈ ਜੁੜੇ ਰਹੋ ਮੇਰੇ ਨਾਲ ਮੈਂ ਤੁਹਾਡਾ ਹੋਸਟ ਜਸਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਜੋ ਟੀਵੀ ਕੀ ਤੁਹਾਨੂੰ ਇਹ ਪਤਾ ਹੈ ਕਿ ਤੁਹਾਡਾ ਦਿਲ ਕਦੋਂ ਕੰਮ ਕਰਨਾ ਸ਼ੁਰੂ ਕਰਦਾ ਹੈ ਜਦੋਂ ਅਸੀਂ ਆਪਣੀ ਮਾਂ ਦੇ ਪੇਟ ਦੇ ਵਿੱਚ 4 ਹਫ਼ਤੇ ਦੇ ਹੋ ਜਾਂਦੇ ਹਾਂ ਉਸ ਸਮੇਂ ਸਾਡਾ ਦਿਲ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਉਸ ਤੋਂ ਪਹਿਲਾਂ ਸਾਡਾ ਦਿਲ ਕੰਮ ਨਹੀਂ ਕਰਦਾ ਇੱਕ ਸਧਾਰਨ ਇਨਸਾਨ ਦੀਆਂ ਅੱਖਾਂ 1 ਕਰੋੜ ਰੰਗਾਂ ਨੂੰ ਪਹਿਚਾਣ ਸਕਦੀਆਂ ਹਨ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਿਹੜਾ ਨਵਜਾਤ ਬੱਚਾ ਹੁੰਦਾ ਹੈ ਉਸ ਨੂੰ ਕੁਝ ਮਹੀਨਿਆਂ ਤੱਕ ਸਾਰੀਆਂ ਚੀਜ਼ਾਂ ਬਲੈਕ ਐਂਡ ਵਾਈਟ ਦਿਸਦੀਆਂ ਹਨ ਅਸੀਂ ਪੂਰੇ ਦਿਨ ਦੇ ਵਿੱਚ 30,000 ਵਾਰ ਆਪਣੀਆਂ ਅੱਖਾਂ ਦੀਆਂ ਪਲਕਾਂ ਨੂੰ ਚਮਕਾਉਂਦੇ ਹਾਂ ਇਸ ਕਰਕੇ ਕਈ ਲੋਕ ਅਜਿਹਾ ਵੀ ਕਹਿੰਦੇ ਨੇ ਕਿ ਬਾਰ ਬਾਰ ਪਲਕਾਂ ਚਮਕਾਉਣ ਦੇ ਨਾਲ ਅਸੀਂ ਇੱਕ ਦਿਨ ਦੇ ਵਿੱਚ 30 ਮਿੰਟ ਤੱਕ ਅੰਨੇ ਰਹਿੰਦੇ ਹਾਂ ਅਸਲ ਦੇ ਵਿੱਚ ਅਸੀਂ ਪੂਰੇ ਦਿਨ ਦੇ ਵਿੱਚ 20,000 ਵਾਰ ਆਪਣੀਆਂ ਅੱਖਾਂ ਦੀਆਂ ਪਲਕਾਂ ਨੂੰ ਚਮਕਾਉਂਦੇ ਹਾਂ ਪਰ ਅਸੀਂ 30 ਮਿੰਟ ਤੱਕ ਅੰਨੇ ਬਿਲਕੁਲ ਨਹੀਂ ਰਹਿੰਦੇ ਕਿਉਂਕਿ ਇੰਨੇ ਘੱਟ ਸਮੇਂ ਦੇ ਵਿੱਚ ਹੀ ਸਾਡਾ ਦਿਮਾਗ ਕਿਸੇ ਵੀ ਚੀਜ਼ ਦਾ ਚਿੱਤਰ ਜਾਂ ਕਹੀਏ ਕਿਸੇ ਵੀ ਚੀਜ਼ ਦੀ ਫੋਟੋ ਬਣਾ ਲੈਂਦਾ ਹੈ ਸਾਡਾ ਪਲਕਾਂ ਨੂੰ ਚਮਕਾਉਣ ਦਾ ਸਮਾਂ 1 ਸੈਕਿੰਡ ਦੇ 16ਵੇਂ ਹਿੱਸੇ ਤੋਂ ਵੀ ਘੱਟ ਹੁੰਦਾ ਹੈ ਪਰ ਸਾਡਾ ਦਿਮਾਗ ਇੰਨਾ ਜ਼ਿਆਦਾ ਪਾਵਰਫੁੱਲ ਹੈ ਕਿ ਇਹ ਕਿਸੇ ਵੀ ਚੀਜ਼ ਦੀ ਫੋਟੋ 1 ਸੈਕਿੰਡ ਦੇ 16ਵੇਂ ਹਿੱਸੇ ਦੇ ਵਿੱਚ ਹੀ ਬਣਾ ਲੈਂਦਾ ਹੈ ਇਸ ਲਈ ਇਹ ਗੱਲ ਬਿਲਕੁਲ ਝੂਠ ਹੈ ਕਿ ਅਸੀਂ ਇੱਕ ਦਿਨ ਦੇ ਵਿੱਚ ਬਾਰ-ਬਾਰ ਪਲਕਾਂ ਚਮਕਾਉਣ ਦੇ ਨਾਲ 30 ਮਿੰਟ ਤੱਕ ਅੰਨੇ ਰਹਿੰਦੇ ਹਾਂ ਇੱਕ ਰਿਸਰਚ ਦੇ ਵਿੱਚ ਇਹ ਗੱਲ ਪਤਾ ਲੱਗੀ ਹੈ ਕਿ ਜਦੋਂ ਇਨਸਾਨ 2 ਸਾਲਾਂ ਦਾ ਹੁੰਦਾ ਹੈ ਉਸ ਸਮੇਂ ਤੱਕ ਉਸ ਦੇ ਦਿਮਾਗ ਦੇ ਵਿੱਚ ਸੈੱਲਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਹੁੰਦੀ ਹੈ ਭਾਵ ਕਿ 2 ਸਾਲ ਦੇ ਬੱਚੇ ਦੇ ਦਿਮਾਗ ਦੇ ਵਿੱਚ ਸੈੱਲਾਂ ਦੀ ਗਿਣਤੀ ਆਮ ਇਨਸਾਨ ਦੇ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ ਇਸ ਤੋਂ ਬਾਅਦ ਜਿਵੇਂ-ਜਿਵੇਂ ਇਨਸਾਨ ਵੱਡਾ ਹੁੰਦਾ ਜਾਂਦਾ ਹੈ ਇਸ ਦੇ ਦਿਮਾਗ ਦੇ ਸੈੱਲਾਂ ਦੀ ਗਿਣਤੀ ਵੀ ਘਟਦੀ ਜਾਂਦੀ ਹੈ ਇਸ ਲਈ ਇਹ ਚੀਜ਼ ਤੁਸੀਂ ਜ਼ਰੂਰ ਨੋਟ ਕੀਤੀ ਹੋਣੀ ਹੈ ਕਿ ਜਿੰਨੀ ਤੇਜ਼ੀ ਦੇ ਨਾਲ ਬੱਚਾ ਕਿਸੇ ਚੀਜ਼ ਨੂੰ ਸਿੱਖਦਾ ਹੈ ਆਮ ਇਨਸਾਨ ਉਨੀ ਤੇਜ਼ੀ ਦੇ ਨਾਲ ਉਹ ਚੀਜ਼ਾਂ ਨੂੰ ਨਹੀਂ ਸਿੱਖ ਸਕਦਾ ਬੱਚਿਆਂ ਦੇ ਨਾਲੋਂ ਉਮਰ ਦੇ ਵਿੱਚ ਵੱਡੇ ਲੋਕਾਂ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਚੀਜ਼ਾਂ ਸਿੱਖਣ ਦੇ ਲਈ ਕੀ ਤੁਸੀਂ ਇਹ ਚੀਜ਼ ਮੰਨਦੇ ਹੋ ਕਿ ਦਿਮਾਗ ਦੇ ਸਾਈਜ਼ ਜਾਂ ਉਸ ਦੇ ਭਾਰ ਦੇ ਕਾਰਨ ਤੁਹਾਡੀ ਦਿਮਾਗ ਦੀ ਪਾਵਰ ਦੇ ਉੱਪਰ ਕੋਈ ਅਸਰ ਪੈਂਦਾ ਹੈ ਜ਼ਿਆਦਾਤਰ ਲੋਕ ਅਜਿਹਾ ਸੋਚਦੇ ਨੇ ਪਰ ਵਿਗਿਆਨਕਾਂ ਦਾ ਕਹਿਣਾ ਹੈ ਕਿ ਦਿਮਾਗ ਦੇ ਭਾਰ ਅਤੇ ਦਿਮਾਗ ਦੇ ਆਕਾਰ ਦਾ ਸਾਡੇ ਦਿਮਾਗ ਦੀ ਸ਼ਕਤੀ ਦੇ ਉੱਪਰ ਕੋਈ ਪ੍ਰਭਾਵ ਨਹੀਂ ਹੁੰਦਾ ਇਸ ਦੀ ਸਭ ਤੋਂ ਵੱਡੀ ਉਦਾਹਰਨ ਹੈ ਗ੍ਰੇਟ ਐਲਬਰਟ ਆਇਨਸਟਾਈਨ ਦਾ ਦਿਮਾਗ ਇਹਨਾਂ ਦੇ ਦਿਮਾਗ ਦਾ ਭਾਰ ਸਿਰਫ 1230 ਗ੍ਰਾਮ ਸੀ ਜਿਹੜਾ ਕਿ ਆਮ ਇਨਸਾਨ ਦੇ ਦਿਮਾਗ ਦੇ ਨਾਲੋਂ ਵੀ ਕਿਤੇ ਜ਼ਿਆਦਾ ਘੱਟ ਹੈ ਇਸ ਦੇ ਬਾਵਜੂਦ ਵੀ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕੀ-ਕੀ ਕੀਤਾ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਕੀ ਤੁਹਾਨੂੰ ਪਤਾ ਹੈ ਕਿ ਕਿਸ ਸਮੇਂ ਇਨਸਾਨ ਸਰੀਰਕ ਜਾਂ ਕਹੀਏ ਫਿਜ਼ੀਕਲ ਤੌਰ ਤੇ ਜ਼ਿਆਦਾ ਵੱਧਦਾ ਹੈ ਸਾਡਾ ਸਰੀਰਕ ਵਿਕਾਸ ਦਿਨ ਦੇ ਸਮੇਂ ਜ਼ਿਆਦਾ ਹੁੰਦਾ ਹੈ ਜਾਂ ਰਾਤ ਦੇ ਸਮੇਂ ਵਿਗਿਆਨਕਾਂ ਦਾ ਕਹਿਣਾ ਹੈ ਕਿ ਦਿਨ ਦੀ ਬਜਾਏ ਰਾਤ ਨੂੰ ਇਨਸਾਨੀ ਸਰੀਰ ਜ਼ਿਆਦਾ ਵੱਧਦਾ ਹੈ ਰਾਤ ਨੂੰ ਇਨਸਾਨ ਦਾ ਸਰੀਰ ਜ਼ਿਆਦਾ ਵਿਕਸਿਤ ਹੁੰਦਾ ਹੈ ਇਸ ਦਾ ਕਾਰਨ ਹੈ ਪਿਟਿਊਟਰੀ ਗਲੈਂਡ ਪਿਟਿਊਟਰੀ ਗਲੈਂਡ ਦਿਮਾਗ ਦਾ ਇੱਕ ਛੋਟਾ ਜਿਹਾ ਹਿੱਸਾ ਹੁੰਦਾ ਹੈ ਤੇ ਰਾਤ ਨੂੰ ਸੌਂਦੇ ਸਮੇਂ ਸਾਡੇ ਦਿਮਾਗ ਦਾ ਇਹ ਹਿੱਸਾ ਹੀ ਗਰੋਥ ਹਾਰਮੋਨ ਨੂੰ ਛੱਡਦਾ ਹੈ ਤੇ ਜਿਸ ਦੇ ਨਾਲ ਹੀ ਸਾਡਾ ਸਰੀਰ ਰਾਤ ਨੂੰ ਜ਼ਿਆਦਾ ਵਿਕਸਿਤ ਹੁੰਦਾ ਹੈ ਕਿਸੇ ਵੀ ਇਨਸਾਨ ਨੂੰ ਖੰਘ ਆਉਣੀ ਇੱਕ ਸਧਾਰਨ ਗੱਲ ਹੈ ਕਿਉਂਕਿ ਇਹ ਸਾਨੂੰ ਆਮ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਆਉਂਦੀ ਰਹਿੰਦੀ ਹੈ ਪਰ ਕੀ ਤੁਸੀਂ ਕਦੇ ਇਹ ਸੋਚਿਆ ਹੈ ਕਿ ਸਾਨੂੰ ਖੰਘ ਕਿਉਂ ਆਉਂਦੀ ਹੈ ਤੇ ਇਸ ਦਾ ਕਾਰਨ ਕੀ ਹੈ ਜਦੋਂ ਸਾਡੀ ਸਾਹ ਨਲੀ ਜਾਂ ਫੇਫੜਿਆਂ ਦੇ ਵਿੱਚ ਕੋਈ ਇਨਫੈਕਸ਼ਨ ਹੁੰਦੀ ਹੈ ਜਾਂ ਕਹੀਏ ਸਾਡੀ ਸਾਹ ਨਲੀ ਦੇ ਵਿੱਚ ਧੂੜ ਜਾਂ ਕੋਈ ਹੋਰ ਚੀਜ਼ ਚਲੀ ਜਾਂਦੀ ਹੈ ਤਾਂ ਉਸ ਸਮੇਂ ਸਾਡਾ ਸਰੀਰ ਸਾਡੇ ਦਿਮਾਗ ਦੀ ਮਦਦ ਦੇ ਨਾਲ ਇੱਕ ਰਿਐਕਸ਼ਨ ਦਿੰਦਾ ਹੈ ਤਾਂ ਸਾਡਾ ਸਰੀਰ ਸਾਡੇ ਫੇਫੜਿਆਂ ਦੇ ਵਿੱਚੋਂ ਇੱਕ ਜ਼ੋਰ ਦੀ ਹਵਾ ਦਾ ਧੱਕਾ ਮਾਰਦਾ ਹੈ ਜਿਸ ਦੇ ਨਾਲ ਸਾਡੀ ਸਾਹ ਨਲੀ ਜਾਂ ਫੇਫੜਿਆਂ ਦੇ ਵਿੱਚ ਜਿਹੜੇ ਵੀ ਕੋਈ ਧੂੜ ਦੇ ਕਣ ਜਾਂ ਸੂਖਮ ਜੀਵ ਹੁੰਦੇ ਨੇ ਉਹ ਸਾਡੇ ਮੂੰਹ ਦੇ ਰਾਹੀਂ ਬਾਹਰ ਨਿਕਲ ਜਾਂਦੇ ਨੇ ਇਸ ਦੇ ਨਾਲ ਹੀ ਸਾਡਾ ਸਰੀਰ ਸੁਰੱਖਿਅਤ ਰਹਿੰਦਾ ਹੈ ਤੇ ਇਸ ਚੀਜ਼ ਨੂੰ ਹੀ ਅਸੀਂ ਖੰਘ ਕਹਿੰਦੇ ਹਾਂ ਇੱਕ ਸਧਾਰਨ ਵਿਅਕਤੀ ਦਾ ਦਿਲ ਜਾਂ ਕਹੀਏ ਹਾਰਟ 1 ਮਿੰਟ ਦੇ ਵਿੱਚ 72 ਵਾਰ ਧੜਕਦਾ ਹੈ ਤੇ 1 ਦਿਨ ਦੇ ਵਿੱਚ 1 ਲੱਖ ਵਾਰ ਧੜਕਦਾ ਹੈ ਤੇ 1 ਸਾਲ ਦੇ ਵਿੱਚ ਇਹ 3 ਕਰੋੜ 60 ਲੱਖ ਵਾਰ ਧੜਕਦਾ ਹੈ ਉੱਥੇ ਹੀ ਜੇਕਰ ਗੱਲ ਕਰੀਏ ਪੂਰੀ ਜ਼ਿੰਦਗੀ ਦੀ ਤਾਂ ਇਹ 250 ਕਰੋੜ ਤੋਂ ਵੀ ਵੱਧ ਵਾਰ ਧੜਕਦਾ ਹੈ ਸਾਡਾ ਦਿਲ ਹਰ ਰੋਜ਼ ਜਾਨੀ ਕਿ ਡੇਲੀ ਇੰਨੀ ਜ਼ਿਆਦਾ ਊਰਜਾ ਪੈਦਾ ਕਰਦਾ ਹੈ ਜਿਸ ਦੇ ਨਾਲ ਇੱਕ ਟਰੱਕ ਨੂੰ 32 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ ਇਸ ਦੇ ਨਾਲ ਹੀ ਦਿਲ ਦੇ ਨਾਲ ਜੁੜੀ ਇੱਕ ਰੌਚਕ ਗੱਲ ਇਹ ਵੀ ਹੈ ਕਿ ਜੇਕਰ ਤੁਹਾਡੇ ਦਿਲ ਨੂੰ ਸਹੀ ਮਾਤਰਾ ਦੇ ਵਿੱਚ ਆਕਸੀਜਨ ਮਿਲਦੀ ਰਵੇ ਤਾਂ ਇਹ ਤੁਹਾਡੇ ਸਰੀਰ ਤੋਂ ਅਲੱਗ ਹੋਣ ਦੇ ਬਾਵਜੂਦ ਵੀ ਧੜਕਦਾ ਰਹੇਗਾ ਕੀ ਤੁਸੀਂ ਜਾਣਦੇ ਹੋ ਤੁਹਾਡਾ ਸਬਕੌਂਸ਼ੀਅਸ ਮਾਈਂਡ ਜਾਨੀ ਕਿ ਅਨਚੇਤਨ ਮਨ ਤੁਹਾਡੇ ਚੇਤਨ ਮਨ ਤੋਂ ਕਿੰਨਾ ਜ਼ਿਆਦਾ ਸ਼ਕਤੀਸ਼ਾਲੀ ਹੁੰਦਾ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਸਾਡਾ ਸਬਕੌਂਸ਼ੀਅਸ ਮਾਈਂਡ ਸਾਡੇ ਕੌਂਸ਼ੀਅਸ ਮਾਈਂਡ ਤੋਂ 30,000 ਗੁਣਾ ਵੱਧ ਸ਼ਕਤੀਸ਼ਾਲੀ ਹੁੰਦਾ ਹੈ ਸਾਡੇ ਸਾਹ ਲੈਣ ਤੋਂ ਲੈ ਕੇ ਸਾਡੇ ਬਲੱਡ ਦੀ ਸਪਲਾਈ ਤੱਕ ਜਿਹੜੀ ਵੀ ਚੀਜ਼ ਅਸੀਂ ਆਸਾਨੀ ਦੇ ਨਾਲ ਸਿੱਖ ਲੈਂਦੇ ਹਾਂ ਜਿਵੇਂ ਕਿ ਟਾਈਪਿੰਗ ਵਗੈਰਾ ਗੱਡੀ ਚਲਾਉਣਾ ਜਾਂ ਕਿਸੇ ਖੇਡ ਦੇ ਵਿੱਚ ਮਾਹਰ ਹੋਣਾ ਇਹ ਸਾਰੇ ਤਜਰਬੇ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਸਟੋਰ ਹੁੰਦੇ ਹਨ ਸਾਡੀ ਹਰ ਅੱਖ ਦੇ ਵਿੱਚ 12 ਕਰੋੜ ਰੋਡ ਅਤੇ 70 ਲੱਖ ਕੋਨ ਹੁੰਦੇ ਨੇ ਤੇ ਅੱਖਾਂ ਦੇ ਵਿੱਚ ਰੋਡ ਦੇ ਕਾਰਨ ਸਾਨੂੰ ਘੱਟ ਰੋਸ਼ਨੀ ਦੇ ਵਿੱਚ ਦੇਖਣ ਦੇ ਵਿੱਚ ਮਦਦ ਮਿਲਦੀ ਹੈ ਤੁਸੀਂ ਇਹ ਚੀਜ਼ ਨੋਟ ਕੀਤੀ ਹੋਣੀ ਹੈ ਕਿ ਜਦੋਂ ਤੁਸੀਂ ਚਾਨਣ ਤੋਂ ਇੱਕਦਮ ਹਨੇਰੇ ਦੇ ਵਿੱਚ ਜਾਂਦੇ ਹੋ ਪਹਿਲਾਂ ਤਾਂ ਤੁਹਾਨੂੰ ਕੁਝ ਨਹੀਂ ਦਿਸਦਾ ਪਰ ਹੌਲੀ-ਹੌਲੀ ਤੁਹਾਨੂੰ ਸਾਰੀਆਂ ਚੀਜ਼ਾਂ ਦਿਸਣ ਲੱਗਦੀਆਂ ਹਨ ਜਦਕਿ ਜਿਹੜੇ ਅੱਖਾਂ ਦੇ ਵਿੱਚ ਕੋਨ
ਤੁਹਾਡੇ ਮਨ ਦੇ ਵਿੱਚ ਵੀ ਕਈ ਵਾਰ ਇਹ ਸਵਾਲ ਆਇਆ ਹੋਵੇਗਾ ਕਿ ਕਰੰਟ ਲੱਗਣ ਦੇ ਨਾਲ ਇਨਸਾਨ ਦੀ ਮੌਤ ਕਿਵੇਂ ਹੋ ਜਾਂਦੀ ਹੈ। ਅਸਲ ਦੇ ਵਿੱਚ ਇੱਕ ਸਧਾਰਨ ਇਨਸਾਨ ਦੇ ਵਿੱਚ 65% ਤੋਂ 70% ਪਾਣੀ ਹੁੰਦਾ ਹੈ ਤੇ ਜਦੋਂ ਸਾਡੇ ਸਰੀਰ ਦੇ ਵਿੱਚ ਬਿਜਲੀ ਦਾ ਕਰੰਟ ਆਉਂਦਾ ਹੈ ਤਾਂ ਇਸ ਦੇ ਵਿੱਚ ਬਹੁਤ ਜ਼ਿਆਦਾ ਪਾਵਰ ਹੁੰਦੀ ਹੈ ਜਿਸ ਦੇ ਨਾਲ ਸਾਡੇ ਸਰੀਰ ਦਾ ਸਾਰਾ ਪਾਣੀ ਸੁੱਕ ਜਾਂਦਾ ਹੈ। ਇਸ ਦੇ ਕਾਰਨ ਸਾਡੇ ਸਰੀਰ ਦਾ ਖੂਨ ਗਾੜਾ ਹੋ ਜਾਂਦਾ ਹੈ ਤੇ ਗਾੜਾ ਹੋਣ ਦੇ ਕਾਰਨ ਇਹ ਸਾਡੇ ਸਰੀਰ ਦੇ ਅੰਗਾਂ ਤੱਕ ਨਹੀਂ ਪਹੁੰਚਦਾ। ਜਦੋਂ ਖੂਨ ਸਾਡੇ ਸਰੀਰ ਦੇ ਅੰਗਾਂ ਤੱਕ ਨਹੀਂ ਪਹੁੰਚਦਾ ਤਾਂ ਸਾਡੇ ਸਰੀਰ ਦੇ ਸਾਰੇ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਨੇ ਤੇ ਉਸ ਤੋਂ ਕੁਝ ਸਮੇਂ ਬਾਅਦ ਹੀ ਸਾਡੀ ਮੌਤ ਹੋ ਜਾਂਦੀ ਹੈ। ਇਹ ਸਾਂਝੇ ਸਾਡੇ ਸਰੀਰ ਬਾਰੇ ਕੁਝ ਰੋਚਕ ਤੱਤ ਤੁਹਾਨੂੰ ਸਾਡੀ ਵੀਡੀਓ ਕਿੰਨੇ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ Facebook ਦੇ ਪੇਜ ਜੋ ਟੀਵੀ ਨੂੰ ਜ਼ਰੂਰ ਫੋਲੋ ਕਰਨਾ। ਧੰਨਵਾਦ।